ਸਤਿ ਸ੍ਰੀ ਅਕਾਲ ਸਾਰੇ ਵੀਰਾਂ ਨੂੰ ਦਸ਼ਮੇਸ਼ ਡੇਰੀ YouTube ਚੈਨਲ 'ਚ ਸਵਾਗਤ ਹੈ ਸਾਰੇ ਵੀਰਾਂ ਦਾ। ਸੋ ਅੱਜ ਦੀ ਵੀਡੀਓ ਲੈ ਕੇ ਆਏ ਜੀ ਤੁਹਾਡੇ ਕੋਲ ਤਲਵੰਡੀ ਪੰਗੇਰੀਆਂ ਜੀ ਮੋਗੇ ਦੇ ਨਾਲ ਪਿੰਡ ਹੈ ਜੀ। ਸੋ ਬਲਤੇਜ ਡੇਰੀ ਫਾਰਮ ਤਲਵੰਡੀ ਪੰਗੇਰੀਆਂ ਜੋ ਮੋਗਾ ਤੋਂ ਅੰਮ੍ਰਿਤਸਰ ਰੋਡ 'ਤੇ ਪਿੰਡ ਹੈ ਤਲਵੰਡੀ ਪੰਗੇਰੀਆਂ, ਉੱਥੋਂ ਲੈ ਕੇ ਆਏ ਹਾਂ। ਸਾਡੇ ਨਾਲ ਬਾਈ ਰਾਮ ਸਿੰਘ ਨੇ ਜੀ, ਅਤੇ ਸਾਡੇ ਨਾਲ ਬਾਈ ਕੀ ਨਾਮ ਆਪਣਾ ਜੀ? ਤਰਸੇਮ ਸਿੰਘ। ਸੋ ਬਾਈ ਰਾਮ ਸਿੰਘ ਜੀ ਪਿਛਲੇ 20-22 ਸਾਲ ਤੋਂ ਡੇਰੀ ਧੰਦੇ ਨਾਲ ਜੁੜੇ ਹੋਏ ਨੇ। ਸੋ ਸਾਡਾ ਵੀਡੀਓ ਬਣਾਉਣ ਦਾ ਮੇਨ ਮਕਸਦ ਸੀ ਵੀ ਬਾਈ ਰਾਮ ਸਿੰਘ ਬਾਰੇ ਬਹੁਤ ਪਹਿਲਾਂ ਵੀ ਸੁਣਿਆ ਸੀ ਅਸੀਂ ਵੀ ਪਸ਼ੂਆਂ ਦੀ ਚੰਗੀ ਕੇਅਰ ਅਤੇ ਚੰਗੇ ਪਸ਼ੂ ਨੇ ਬਾਈ ਕੋਲ। ਸੋ ਅੱਜ ਮੌਕਾ ਮਿਲਿਆ, ਬਹੁਤ ਬਹੁਤ ਧੰਨਵਾਦ ਬਾਈ ਜੀ ਦਾ ਜੋ ਸਾਨੂੰ ਇੱਥੇ ਮੌਕਾ ਦਿੱਤਾ ਵੀਡੀਓ ਬਣਾਉਣ ਦਾ, ਅਤੇ ਤੁਹਾਡੇ ਅੱਗੇ ਜੋ ਇਹਨਾਂ ਕੋਲ ਪਸ਼ੂ ਨੇ ਉਹ ਅੱਜ ਦੱਸਾਂਗੇ ਕਿਹੜੀ ਕੀ ਪਸ਼ੂ ਹੈ, ਕੀ ਉਹਨਾਂ ਦਾ ਦੁੱਧ ਹੈ, ਇਹਨਾਂ ਦੀ ਸਾਂਭ ਸੰਭਾਲ ਕੀ ਹੈ, ਅਤੇ ਕੀ ਪ੍ਰੋਫਿਟ ਹੈ, ਕੀ ਨੁਕਸਾਨ ਹੈ। ਸੋ ਸਾਰੀ ਗੱਲਬਾਤ ਕਰਾਂਗੇ। ਸਤਿ ਸ਼੍ਰੀ ਅਕਾਲ ਭਾਜੀ। ਭਾਅ ਜੀ ਕਿੰਨਾ ਚਿਰ ਹੋ ਗਿਆ ਤੁਹਾਨੂੰ ਕੰਮ ਕਰਦੇ ਨੂੰ? ਮੈਨੂੰ ਜੀ 22 ਸਾਲ ਕੰਮ ਕਰਦੇ ਨੂੰ। ਠੀਕ ਹੈ ਜੀ। ਸੋ ਕਿਵੇਂ ਰਿਹਾ ਤੁਹਾਡਾ ਤਜਰਬਾ ਜੋ ਵੀ ਰਿਹਾ? ਸਾਡਾ ਤਜਰਬਾ ਬਹੁਤ ਵਧੀਆ ਰਿਹਾ ਜੀ, ਮਿਹਨਤ ਕੀਤੀ ਆ ਪੂਰੀ ਰੱਜ ਕੇ। ਠੀਕ ਹੈ ਜੀ। ਜੋ ਪਰਮਾਤਮਾ ਨੇ ਕਿਰਪਾ ਕੀਤੀ ਆ, ਮਤਲਬ ਬਹੁਤ ਸਾਡੇ ਵਾਸਤੇ ਤਾਂ ਬਹੁਤ ਵਧੀਆ ਰਿਹਾ। ਸੋ ਜਿਵੇਂ ਅੱਜ ਦਾ ਮਾਹੌਲ ਹੈ, ਜਿਵੇਂ ਅੱਜ ਦੀ ਨਵੀਂ ਪਨੀਰੀ ਕਹਿੰਦੀ ਵੀ ਸਾਨੂੰ ਡੇਰੀ ਧੰਦੇ ਨਾਲ, ਕਿਉਂਕਿ ਲੋਕ ਦੂਰ ਹੁੰਦੇ ਜਾਂਦੇ ਆ, ਕੁਛ ਬਚਦਾ ਨਹੀਂ ਗਾ, ਕੋਈ ਇਹਦੇ 'ਚ ਨੁਕਸਾਨ ਹੈ, ਕੀ ਕਹਿਣਾ ਚਾਹੋਗੇ ਇਸ ਬਾਰੇ ਤੁਸੀਂ? ਵੀਰ ਜੀ ਇਹਦੇ ਵਿੱਚ ਇਹ ਗੱਲ ਹੁੰਦੀ ਆ, ਜੇ ਤੁਸੀਂ ਡੇਰੀ ਦਾ ਧੰਦਾ ਕਰਨਾ, ਇੱਕ ਤਾਂ ਮਿਹਨਤ ਕਰਨੀ ਪਊਗੀ। ਹਾਂਜੀ ਹਾਂਜੀ। ਇੱਕ ਇਹਦੇ 'ਚ ਇਹ ਹੁੰਦੀ ਵੀ ਤੁਹਾਨੂੰ ਵਧੀਆ ਪਸ਼ੂ ਰੱਖਣੇ ਪੈਣਗੇ ਜੀ, ਘੱਟ ਤੋਂ ਘੱਟ 15+ ਵਾਲੀ ਮੱਝ ਲਓਗੇ, 25-30+ ਵਾਲੀ ਗਾਂ ਲਓਗੇ, ਫਿਰ ਸਭ ਕੁਛ ਬਚਦਾ, ਇਹ ਨਹੀਂ ਗੱਲ ਨਹੀਂ ਬਚਦਾ। ਹਾਂਜੀ ਹਾਂਜੀ। ਮਿਹਨਤ ਕਰਨੀ ਪੈਂਦੀ ਆ, ਪਸ਼ੂ ਦੀ ਕੇਅਰ ਕਰੋ, ਮੈਨੇਜਮੈਂਟ ਵਧੀਆ ਹੋਣੀ ਚਾਹੀਦੀ ਆ, ਦਾਣਾ ਖੁਰਾਕ ਥੋੜ੍ਹੀ ਵਧੀਆ ਹੋਣੀ ਚਾਹੀਦੀ ਆ, ਕੋਸ਼ਿਸ਼ ਕਰੋ ਜੇ ਤੁਸੀਂ ਕਰ ਸਕਦੇ ਆ ਤਾਂ ਦੁੱਧ ਦਾ ਜਿਹੜਾ ਰਿਟੇਲ 'ਚ ਵਿੱਚੋਂ ਤਾਂ ਜ਼ਿਆਦਾ ਵਧੀਆ ਰਹੂਗਾ ਜੀ, ਜ਼ਿਆਦਾ ਵਧੀਆ ਰਹੂਗਾ। ਜਿਹੜੇ ਵੱਡੇ ਫਾਰਮ ਉਹਨਾਂ ਦੀ ਕੁਛ ਮਜਬੂਰੀ ਹੁੰਦੀ ਆ ਜੀ, ਉਹ ਨਹੀਂ ਵੇਚ ਸਕਦੇ, ਉਹਨਾਂ ਨੂੰ ਫੈਕਟਰੀਆਂ ਨਾਲ ਜੁੜਨਾ ਪੈਂਦਾ, ਪਰ ਜਿਵੇਂ ਛੋਟੇ ਫਾਰਮਰ ਆ ਉਹਨਾਂ ਨੂੰ ਇਸ ਚੀਜ਼ ਦੀ ਕਮਾਈ ਹੈਗੀ ਆ ਜੀ, ਉਹ ਰਿਟੇਲ ਦੇ ਵਿੱਚ ਆਪਣਾ ਦੁੱਧ ਪੈਦਾ ਕਰਨ, ਦੁੱਧ ਦੇ ਪ੍ਰੋਡਕਟ ਵਗੈਰਾ ਬਣਾ ਕੇ ਵੇਚ ਸਕਣ ਤਾਂ ਜ਼ਿਆਦਾ ਚੰਗੀ ਗੱਲ ਆ, ਨਹੀਂ ਤਾਂ ਦੁੱਧ ਰਿਟੇਲ ਦੇ ਵਿੱਚ ਵੇਚਣ ਤਾਂ ਬਹੁਤ ਵਧੀਆ ਰਹਿੰਦਾ ਜੀ। ਸੋ ਬਾਈ ਰਾਮ ਸਿੰਘ ਦੇ 20-22 ਸਾਲ ਤੋਂ ਦੁੱਧ ਧੰਦੇ ਨਾਲ ਜੁੜੇ ਹੋਏ ਨੇ। ਸੋ ਇਹਨਾਂ ਦੀ ਜੋ ਦੁੱਧ ਦੀ ਲਾਗਤ ਹੈ ਉਹ ਮੋਗੇ ਸ਼ਹਿਰ ਦੇ ਵਿੱਚ ਹੀ ਹੈ, ਔਰ ਬਾਈ ਜੀ ਖੁਦ ਮਿਹਨਤ ਕਰਕੇ ਆਪ 2 ਟਾਈਮ ਪਾ ਕੇ ਆਉਂਦੇ ਨੇ ਦੁੱਧ। ਸੋ ਜੋ ਪ੍ਰੋਫਿਟ ਹੈ ਪੂਰਾ ਬਾਈ ਜੀ ਆਪ ਖੁਦ ਲੈ ਰਿਹਾ, ਕਿਉਂਕਿ ਜਦੋਂ ਆਪਾਂ ਡੇਰੀਆਂ ਜਾਂ ਦੁੱਧੀਆਂ ਨੂੰ ਪਾਉਂਦੇ ਹਾਂ ਉਸ ਚੀਜ਼ 'ਚ ਆਪਾਂ ਨੂੰ ਕੁਛ ਮਾਰਜਨ ਘੱਟ ਜਾਂਦਾ। ਸੋ ਆਓ ਅੱਜ ਬਾਈ ਜੀ ਨਾਲ ਗੱਲਾਂ ਕਰਦੇ ਹਾਂ, ਜੋ ਇਹਨਾਂ ਦੇ ਮਿੱਠੇ ਕੌੜੇ ਤਜਰਬੇ ਨੇ ਉਹਨਾਂ ਬਾਰੇ ਪੁੱਛਦੇ ਹਾਂ, ਅਤੇ ਨਾਲ ਨਾਲ ਬਾਈ ਜੀ ਕੋਲੋਂ ਆਪਾਂ ਇਹਨਾਂ ਦੇ ਬਾਰੇ ਪਸ਼ੂਆਂ ਬਾਰੇ ਪੁੱਛਦੇ ਹਾਂ, ਇਹਨਾਂ ਦੇ ਕੀ ਕਰਾ ਕੇ ਕਿਵੇਂ ਸਾਂਭ ਸੰਭਾਲੇ, ਕੀ ਇਹਨਾਂ ਦਾ ਆਊਟਪੁੱਟ ਆ ਰਿਹਾ। ਸੋ ਸਾਰੀਆਂ ਗੱਲਾਂ ਕਰਾਂਗੇ, ਆਜੋ ਬਾਈ ਜੀ ਨੂੰ ਦੱਸਿਓ। ਸੋ ਪਹਿਲਾਂ ਤਾਂ ਮੈਂ ਬਹੁਤ ਖੁਸ਼ੀ ਹੋਈ ਵੀ ਬਾਈ ਰਾਮ ਸਿੰਘ ਦੇ ਫਰਮ 'ਤੇ ਆ ਗਏ। ਸਾਨੂੰ ਜੋ ਸਭ ਤੋਂ ਵੱਧ ਖੁਸ਼ੀ ਹੋਈ ਬਾਈ ਦੀ ਜੋ ਸਾਫ਼ ਸਫਾਈ ਹੈ, ਦੇਖ ਕੇ ਮਨ ਖੁਸ਼ ਹੁੰਦਾ। ਇੰਨੇ ਪਸ਼ੂਆਂ ਦੇ ਹੋਣ ਦੇ ਬਾਵਜੂਦ ਵੀ ਅਸੀਂ ਬਾਈ ਜੀ ਨੂੰ ਦੱਸਿਆ ਨਹੀਂ ਸੀਗਾ, ਅੱਜ ਤੋਂ ਬਹੁਤ ਦਿਨ ਪਹਿਲਾਂ ਗੱਲ ਹੋਈ ਸੀਗੀ ਬਈ ਵੀਡੀਓ ਬਣਾਵਾਂਗੇ, ਅਤੇ ਬਟ ਤੁਸੀਂ ਸਫਾਈ ਦੇਖ ਸਕਦੇ ਹੋ ਜਿਵੇਂ ਆਮ ਘਰ ਦੀ ਆਪਣੇ ਕਮਰਿਆਂ ਦੀ ਸਫਾਈ ਹੁੰਦੀ, ਉਸ ਹਿਸਾਬ ਨਾਲ ਸਫਾਈ ਪਸ਼ੂਆਂ ਥੱਲੇ ਵੀ ਹੈ, ਕਿਉਂਕਿ ਜੇ ਆਪਾਂ ਚੰਗਾ ਦੁੱਧ ਮਾਰਕੀਟ ਦੇਵਾਂਗੇ ਇਸ ਚੀਜ਼ ਦੀ ਡਿਮਾਂਡ ਮੰਨਦੀ ਹੈ, ਗ੍ਰਾਹਕ ਹੈ ਜਿਹੜਾ ਉਹ ਚੰਗੇ ਦੁੱਧ ਕਰਕੇ ਹੀ ਆਪਣੇ ਕੋਲ ਆਉਂਦਾ ਹੈ। ਜੇ ਆਪਾਂ ਗੰਦ ਘੋਲ ਕੇ ਜਾਂ ਮਿਲਾਵਟੀ ਦੁੱਧ ਜਾਂ ਜਿਵੇਂ ਬਿਨਾਂ ਸਫਾਈ ਤੋਂ ਦੁੱਧ ਦੇਵਾਂਗੇ ਤਾਂ ਉਸ ਚੀਜ਼ ਦਾ ਨੁਕਸਾਨ ਹੁੰਦਾ। ਸੋ ਬਹੁਤ ਖੁਸ਼ੀ ਹੋਈ ਇਹੋ ਜਿਹੀ ਇੰਨੀ ਸਫਾਈ ਦੇਖ ਕੇ। ਸੋ ਬਾਈ ਦੱਸਿਓ ਪਸ਼ੂਆਂ ਬਾਰੇ ਜੀ, ਇਹ ਗਾਵਾਂ ਨਾਲ ਗਾਵਾਂ ਦਾ ਵੀ ਤੁਸੀਂ ਕਰ ਰਹੇ ਜੇ? ਹਾਂਜੀ, ਅਸੀਂ ਮਤਲਬ ਗਾਵਾਂ ਦਾ ਤੇ ਮੱਝਾਂ ਦਾ, ਗਾਵਾਂ ਦਾ ਤੇ ਮੱਝਾਂ ਦਾ ਦੋਨਾਂ ਮਿਕਸ ਦੁੱਧ ਪਾਉਂਦੇ ਆ ਜੀ। ਓਕੇ ਜੀ। ਗਾਂ ਦੇ ਨਾਲ ਉਹਨਾਂ ਦੀ ਗਾਂ ਦੀ ਪੈਦਾਵਾਰ ਜ਼ਿਆਦਾ ਹੁੰਦੀ ਹੈ, ਸੀਜ਼ਨ ਲੰਮਾ ਹੁੰਦਾ ਹਾਂਜੀ। ਮੱਝ ਦੇ ਨਾਲ ਮਤਲਬ ਦੁੱਧ ਦੀ ਜਿਹੜੀ ਕੁਆਲਿਟੀ ਆ ਜ਼ਿਆਦਾ ਵਧੀਆ ਬਣ ਜਾਂਦੀ ਹੈ। ਠੀਕ ਹੈ ਜੀ। ਮਤਲਬ ਮਿਕਸ ਦੁੱਧ ਪਾਉਣ ਦੇ ਵਿੱਚ ਜ਼ਿਆਦਾ ਪਰਤ ਵਧੀਆ ਪਰਤਾ ਲੱਗ ਜਾਂਦਾ, ਗਾਹਕ ਨੂੰ ਰੇਟ ਵੀ ਆ ਜਿਹੜਾ, ਜੇ ਆਪਾਂ ਇਕੱਲੀ ਮੱਝ ਦਾ ਦਿੰਦੇ ਤਾਂ ਬਹੁਤ ਕੋਸਟਲੀ ਹੋ ਜਾਂਦਾ। ਸੋ ਤੁਸੀਂ ਦੱਸ ਕੇ ਪਾਉਂਦੇ ਗਾਹਕ ਨੂੰ ਵੀ ਮਿਕਸ ਹੈ? ਨਹੀਂ, ਅਸੀਂ ਦੱਸ ਕੇ ਹਰੇਕ ਗਾਹਕ ਨੂੰ ਅਸੀਂ ਦੱਸ ਕੇ ਪਾਉਂਦੇ ਵੀ ਗਾਂ ਦਾ ਤੇ ਮੱਝ ਦਾ ਮਿਕਸ ਹੋਊਗਾ। ਠੀਕ ਹੈ ਜੀ। ਪਰ ਖੁਰਾਕ ਵਧੀਆ ਪਾਉਣ ਦੇ ਨਾਲ ਗਾਵਾਂ ਦਾ ਦੁੱਧ ਵੀ ਬਹੁਤ ਵਧੀਆ ਕੁਆਲਿਟੀ ਬਣ ਜਾਂਦੀ ਹੈ, ਕੁਆਲਿਟੀ ਬਣ ਜਾਂਦੀ ਹੈ। ਸਾਡੇ ਦੁੱਧ ਦੀ ਖਾਸੀਅਤ ਮੇਨ ਇਹ ਹੁੰਦੀ ਆ ਵੀ ਮਤਲਬ ਕੋਈ ਸਮੈਲ ਵਗੈਰਾ ਨਹੀਂ ਆਉਂਦੀ। ਠੀਕ ਹੈ ਜੀ। ਜਾਂ ਜਿਸ ਤਰ੍ਹਾਂ ਹੁਣ ਮਤਲਬ ਬੱਚਿਆਂ ਦੇ ਪੇਟ ਵਗੈਰਾ 'ਚ ਇਨਫੈਕਸ਼ਨ ਹੁੰਦੀ ਆ, ਹਾਂਜੀ, ਤਾਂ ਡਾਕਟਰ ਦੁੱਧ ਬੰਦ ਕਰਾਉਂਦੇ ਆ, ਜਾਂ ਉਹ ਕਹਿੰਦੇ ਤੁਸੀਂ ਪੈਕਟਾਂ ਵਾਲਾ ਲਓ, ਉਹਨਾਂ ਨਾਲੋਂ ਪੈਕਟਾਂ, ਇੱਥੋਂ ਤੱਕ ਕਿ ਮਤਲਬ ਜਿਹੜੇ ਬੱਚੇ ਨੈਸਲੇ ਦੇ ਪੈਕਟਾਂ ਦਾ ਦੁੱਧ ਪੀ ਗਿਆ ਵੀ ਬੱਚਿਆਂ ਦੇ ਪੇਟ 'ਚ ਨਹੀਂ ਮਤਲਬ ਇਨਫੈਕਸ਼ਨ ਹੱਡੀ, ਹਾਂਜੀ ਹਾਂਜੀ, ਉਹ ਵੀ ਮਤਲਬ ਸਾਡਾ ਇਹ ਜਿਹੜਾ ਗਾਵਾਂ ਦੇ ਮੱਝਾਂ ਦਾ ਮਿਕਸ ਦੁੱਧ ਪੀ ਕੇ, ਠੀਕ ਹੈ ਜੀ, ਉਹ ਵੀ ਮਤਲਬ ਬੱਚੇ ਆ ਜਿਹੜੇ ਠੀਕ ਹੋਏ ਆ। ਕਾਰਨ ਇਹ ਆ ਜੀ, ਮਤਲਬ ਜਿਵੇਂ ਅਸੀਂ ਦਾਣਾ ਪਾਉਂਦੇ ਆ ਉੱਲੀ ਰਹਿ ਵਧੀਆ ਦਾਣਾ,
साफ सुथरा आप दाना बना के जिन्ना भी आपके हथी पाने के हथी काम करते हैं। वो तो जी असि उल्ली रहत असि देख सकते हैं ताकि सफाई देख के देख सकते हैं भी किस हिसाब से दुध पहुंचता होगा। हाँ जी हाँ जी हाँ जी क्योंकि चीजा जरूरी ने किसी की सेहत ना खिलवाड़ नहीं कर सकते। जे चंगी चीज देंगे मार्केट च नाम भी बनता है अपनी चीज की डिमांड भी आती है। सो तुसी दाना भी आपदा ही बनाते जी? असी दाना आपदा बनाने जी, मतलब कोशिश होंगी है भी दाना साफ ता ही लैके पिसाया जाए। ठीक है। या फिर सानू क्या कि 20-50-100 किलोमीटर पासे भी जाना पवे पर सानू दाने की क्वालिटी का मतलब होंदा वी हरियाणे जाके आए टहाणे। सो अच्छा हरियाणा तो लैके आए जी? हाँ जी टहाणे तो लैके आए। ओके। मतलब जो वधिया क्वालिटी का दाना सानू दाने के रेट नाल बहुता मतलब नहीं होंदा पर सानू क्वालिटी का ज्यादा मतलब होंदा क्वालिटी क्योंकि जिहो जिहा पशुआं नू पावांगे जे चंगा दाना पावांगे तो चंगी क्वालिटी बनती है दुध की क्वालिटी बहुत ज्यादा वधिया बनती है। जे दाना ही हुण माड़ा पावांगे सस्ता पावांगे जां हुण जिवें सस्तियां रेडीमेड फीडां आउंदियां जी। हाँ जी। चलो सारे तो फीड मिलने वाले नहीं होंगे पर बहुत फीडा यह आने लग गई भी कोई दाना देखता नहीं जिमीदार कह दिता भी यार हरी बोरी दे दो सानू जां सानू खट्टी बोरी दे दो कि बच्चे किसी ने पूछा नहीं भी ये की होंगे जी। ये चीज़ तो इस गल ना सहमत भी हाँ भी लोग जरा बनाया बनाया वंड उन्दे वाल ज्यादा हो गए ने आपकी मेहनत घट कर लग पे क्योंकि जरा बनिया दाना आपां नूं भी पता उन्दे आपां नूं पता ही नहीं उन्हें की पाया डीओसी पाई पा पा के तुन्नी जांदे ने किन्नी यूरिया पाई कुछ नहीं पता आपां नूं पर इस चीज नालों जरा तेरा बनिया दाना आप बनवाने आपां नूं फिलहाल उन्दा पता तो होंगे भी उन्दे की पाया आपां बाकी असीं जिहड़ा दाना पाउने आ जी उल्ली रहत बिलकुल ओके जी बाकी यूरिया रहत पाउने आ जी छोलिया की चूरी होगी जी फीड बनाने छोले पाने तारा मीरा वगैरह वधिया चीजा पा के मतलब पूरी वधिया फीड बना के पाने प्रोपर डाइट चार्ट बना के पूरा डाइट चार्ट बना के पाने जिस जिस तरह का पशु खुराक मिलती है। सो बाई जी को बहुत वधिया डंगर ने गावं भी ने बहुत वधिया। सो जरा सा मेन मकसद से साइंस सुन चाहे थी बाई को भी प्लस वाली मझा ने जो इन्होंने बहुत ही मेहनत करके तैयार की उन्होंने बच्चे भी तैयार कर रहे हैं। सो आओ तुम ये तो गावं देख ही रहे हो बी किन्ने दुध वाली गावं ने गावं तकरीबन 25-30 किलो दुध वाली गावं 25-30 किलो दुध वाली गावं। ठीक है जी। पशुओं की सेहत भी चंगी है और साफ सफाई पशुओं की सेहत देख सकते हो। बाकी गर्मी ज़्यादा भी हूँ गर्मी भी बहुत है उस हिसाब न बहुत वधिया बाई ने पशु मेनटेन किए हुए हैं और तकरीबन पहले नसूए या दूजे नसूए बैठा ने। सो जिमें बाई ने दसिया भी दुध मिक्स करके पाँदे ने मझा गावं का। सो गाहक नूं दस के पाँदे गाहक नूं पहले इनफॉर्मेशन होंगी भी दुध मिक्स है उस हिसाब ना रेट लिया जाता है 6-6.5 फैट का दुध फार्मर तक पहुँचाते हैं जो अपना मेन उपभोक्ता। सो हाँ जी मिक्स दुध हों मिक्स दुध हों। ठीक है जी। सो भाई जी दस्यो मझा बारे दस्यो जी। सो आज इनफॉर्मेशन लेने भाई जी तो मझा बारे की मझा ने की ब्रीड है उन्हों की तो कि दुध है। सो पहले नंबर से मझ बी जी ने बस दस्यो थोड़ा जा की हो जाओ। अच्छा जी ये पक्या मझा ने जो घर प्रोपर दुध रखी हुई हैं। ठीक है जी। ओके जी 22 किलो दुध घर चोया जी लाई चोई नहीं करवा। सो देख सकते हो तीजे सूए 22 लीटर दुध है माई थले ਤੇ ਸੂਈ ਨੂੰ ਕਿੰਨਾ ਚਿਰ ਹੋ ਗਿਆ ਬਾਈ ਜੀ ਇਹਨੂੰ ਇਹਨੂੰ ਸੂਈ ਨੂੰ ਹੁਣ ਤਕਰੀਬਨ 3 ਮਹੀਨੇ ਦੇ ਕਰੀਬ ਹੋ ਗਏ ਜੀ 3 ਮਹੀਨੇ ਹੋ ਗਏ। ਹਾਂਜੀ ਸੋ ਬਹੁਤ ਹੀ ਵਧੀਆ ਮੱਝ ਹਵਾਨਾ ਦੇਖ ਸਕਦੇ ਹੋ ਚੰਗਾ ਹਵਾਨਾ। ਸੋ ਨਾਲ ਹੀ ਦੂਜੀ ਮੱਝ ਬਾਰੇ ਦੱਸ ਦਿਓ ਬਾਈ ਜੀ ਇਹ ਮੱਝ ਦੇ ਟੋਕੜ ਹੋਈ ਵੀ ਆਈ ਹੁਣ ਇਹਨੇ 19 ਕਿਲੋ ਦੁੱਧ ਦਿੱਤਾ ਜੀ ਕੰਡੇ ਦੇ ਤੋਲਮਾ 19 ਕਿਲੋ ਕੰਡੇ ਦੇ ਤੋਲਮਾ ਇਹ ਵੀ ਮਤਲਬ 19 ਲੀਟਰ ਕੇ 19 ਕਿਲੋ 19 ਕਿਲੋ ਦਿੱਤਾ ਜੀ ਕੰਡੇ ਦੇ ਤੋਲਮਾ 19 ਕਿਲੋ ਦਿੱਤਾ। ਓਕੇ ਠੀਕ ਹੈ ਜੀ ਕਿਉਂਕਿ ਇਹ ਵੀ ਚੀਜ਼ ਦਾ ਫਰਕ ਹੁੰਦਾ ਲੀਟਰ ਤੇ ਕਿਲੋ ਦੇ ਫਰਕ ਹੁੰਦਾ ਪਰ ਇਹ ਕਿਲੋਆਂ ਦੇ। सो देख सकते हो मज ये कितना चिर हो गया सुई नूं जी इहनूं सुई नूं तकरीबन 10 महीने हो गए होणगे जी।
ਠੀਕ ਹੈ ਜੀ ਹਾਂਜੀ ਹੁਣ ਇਹ ਮੰਨ ਲਓ ਗੱਬਣ ਹੋਈ ਵੀ ਹੈ ਥੋੜੇ ਚਿਰ ਦੀ ਕਿਹੜਾ ਸਿਮ ਲਵਾਇਆ ਨੂੰ ਜੀ ਇਹਦੇ ਖਾਨ ਦਾ ਸਿਮ ਲੱਗਾ ਹੋਇਆ ਜੀ ਖਾਨ ਜੋ ਏਬੀਸੀ ਵੀਰਾਂਵਾਲੀ ਦਾ ਏਬੀਸੀ ਵੀਰਾਂਵਾਲੀ ਦਾ ਹਾਂਜੀ ਜੋ ਖਾਨ ਬਾਰੇ ਦੱਸ ਦਈਏ ਸਰਸਵਤੀ ਦਾ ਬੇਟਾ ਜੀ ਉਹ ਔਰ ਸਰਸਵਤੀ ਵਰਲਡ ਚੈਂਪੀਅਨ ਹੈ ਔਰ ਖਾਨ ਦਾ ਪਿਓ ਪੀਸੀ 575 ਸੋ ਬਹੁਤ ਹੀ ਵਧੀਆ ਚੋਇਸ ਕੀਤੀ ਬਾਈ ਰਾਮ ਸਿੰਘ ਜੀ ਨੇ ਕਿਉਂਕਿ ਮਿਲਕ ਵਾਲੀ ਬਰੱਡ ਲਾਈਨ ਹੈ ਸੋ ਕਿੰਨਾ ਚਿਰ ਹੋ ਗਿਆ ਗੱਬਣ ਹੁਣ ਜੀ ਇਹ ਗੱਬਣ ਤਕਰੀਬਨ 1.5 ਮਹੀਨਾ ਹੋ ਗਿਆ ਜੀ ਪਰ ਗੱਬਣ ਹੀ ਨਿਕਲੂਗੀ ਜਿਹੜੀ ਚੈੱਕ ਪਾਸ ਨਹੀਂ ਹੋਈ ਹਾਂਜੀ ਹਾਂਜੀ ਠੀਕ ਹੈ ਜੀ ਸੋ ਤੀਜੇ ਨੰਬਰ 'ਤੇ ਮੱਝ ਆ ਬਹੁਤ ਹੀ ਸੋਹਣੀ ਮੱਝ ਇਹ ਵੀ ਹਾਂਜੀ ਇਹਦੇ ਬਾਰੇ ਦੱਸੋ ਬਾਈ ਜੀ ਇਹ ਮੱਝ ਬਾਈ ਜੀ ਚੌਥੇ ਸੂਏ ਆ ਓਕੇ ਜੀ ਇਹ ਮਤਲਬ ਸਾਡੀ ਘਰ ਦੀ ਬਰੀਡ ਹੈ ਜਿਸ ਤਰ੍ਹਾਂ ਬਜ਼ੁਰਗਾਂ ਵਾਲੀ ਆਪਾਂ ਕਰਕੇ ਕਹਿ ਦਿੰਦੇ ਹਾਂ ਜੀ ਹਾਂਜੀ ਹਾਂਜੀ ਇਹ ਦੁੱਧ 18 ਕਿਲੋ ਦੇ ਦਿੰਦੀ ਹੈ ਹੁਣ ਵੀ 17-18 ਕਿਲੋ ਦੇ ਤਿਆਰ ਆਈ ਹੈ ਥੱਲੇ ਓਕੇ ਗਰਮੀ ਹੋਣ ਦੇ ਨਾਤੇ ਇਹ ਇਹਨੂੰ ਤਕਰੀਬਨ 2 ਮਹੀਨੇ ਹੋ ਗਏ ਸੂਈ ਨੂੰ 2 ਮਹੀਨੇ ਹੋ ਗਏ ਆ ਹਾਂਜੀ ਹਾਂਜੀ ਤੇ 40-59 ਦੀ ਕੱਟੀ ਹੈ ਇਹਦੇ ਮਗਰ ਕਿਹਦੀ ਕੱਟੀ ਹੈ ਜੀ 40-59 ਸੈਕ 40-59 ਸੈਕ ਦੀ ਹਾਂਜੀ ਹਾਂਜੀ ਸੋ ਤਕਰੀਬਨ ਉਹ ਵੀ ਸੀਮਨ ਮਲਾ ਦਾਦੇ ਡਾਕਟਰ ਗੱਗਾ ਜੀ ਆਉਂਦੇ ਨੇ ਹਾਂਜੀ ਹਾਂਜੀ ਡਾਕਟਰ ਮਨਪ੍ਰੀਤ ਗੱਗਾ ਜੀ ਨੇ सीमन की बहुत वधिया चॉइस बाई जी भी कर रहे हो डॉक्टर साहब भी कर रहे और बाई मनविंदर गागा जी सारा सीमन दशमेश डेयरी वालों जा रहा सो साढ़े तो तकरीबन 3-4 सौ तो सीमन लै रहे हो बाई जी और जिन्ना भी सीमन लै रहे हैं बहुत ही वधिया क्वालिटी का लै रहे हैं वो सो देख सकते हो हूँ किहड़े सीमन तो गां की उम्मीद तुम सीमन रखवाना चाहते होंगे ਤਾਡੂ ਕੀ ਦੀ ਕੋਈ ਪਲੈਨਿੰਗ ਹੋਈ ਹੋਈ ਮੈਂ ਪੈਂਦੇ ਆ ਸਿਮ ਲਗਾਉਣਾ ਹਾਂਜੀ ਇਹਦੇ ਸ਼ੇਰੂ ਦਾ ਸਿਮ ਲਗਾਉਂਗਾ ਜੀ ਮੈਂ ਹੁਣ ਓਕੇ ਓਕੇ ਠੀਕ ਹੈ ਜੀ ਉਹ ਮੱਝ ਵੀ ਵਧੀਆ ਸਿਮ ਦਾ ਰਿਕਾਰਡ ਸਾਹਮ ਦਾ ਵੀ ਵਧੀਆ ਹੈ ਹਾਂ ਪ੍ਰੋਜਨੀ ਟੈਸਟਡ ਸ਼ੇਰੂ ਬੋਲੇ ABC ਦਾ ਹਾਂਜੀ ਹਾਂ ਸੋ ਵਧੀਆ ਚੁਆਇਸ ਹੈ ਮੱਝ ਦੇਖ ਸਕਦੇ ਹੋ ਸੋ ਅੱਗੇ ਆ ਜਾਓ ਬਾਈ ਜੀ ਇਹ ਬਾਈ ਜੀ ਨੇ ਤੁਹਾਨੂੰ ਦੱਸ ਦਈਏ ਘਰ ਦੀਆਂ ਮੱਝਾਂ ਨੇ ਸਾਰੀਆਂ ਹਾਂਜੀ ਔਰ ਵੇਚਣ ਵਾਸਤੇ ਨਹੀਂ ਆ ਕੋਈ ਵੀਰ ਵੇਚਣ ਵਾਸਤੇ ਫੋਨ ਜਾਂ ਉਹ ਨਾ ਕਰੇ ਨਾ ਉਹਨੂੰ ਜੋ ਵੇਚਣ ਵਾਲਾ ਪਸ਼ੂ ਹੋਗਾ ਉਹ ਅਲੱਗ ਨੇ ਇਹਨਾਂ ਦੇ ਉਹ ਅਲੱਗ ਵੀਡੀਓ ਪਾ ਦਾਂਗੇ ਜੀ ਹਾਂਜੀ बहुत ही सोहनी झोटी थोड़ा तुर के दिखाओ हां खोल दो माड़ा जा पीसी 483 HLDB और दूजे सूए जी हमने झोटियां ने और इस तो पता लगता है बाई जी कि इस चीज प्रति लैके चल रहे ने और पूरे प्रोपर वे नाल कर रहे ने काम सो देख सकते हो पीसी 483 कटी है जी और दूजे सूए बहुत चंगी झोटी है ਸੋ ਲੈ ਜੀ ਬੰਦ ਕੋਈ ਬਹੁਤ ਹੀ ਸੋਹਣੀ ਪਿੱਟ ਪੁੜਾ ਬਹੁਤ ਚੰਗਾ ਲੱਗਾ ਸੋ ਅੱਗੇ ਇਹਦੇ ਵੀ ਖਾਣ ਦਾ ਹੀ ਸੀਮਨ ਲੱਗੇਗਾ ਸੋ ਉਮੀਦ ਹੈ ਵੀ ਹੋਰ ਅੱਗੇ ਪ੍ਰੋਜਨੀ ਚੰਗੀ ਆਵੇ ਕਿਉਂਕਿ ਜੇ ਚੰਗਾ ਸੀਮਨ ਯੂਜ਼ ਕਰਾਂਗੇ ਤਾਂ ਗਾਂ ਚੰਗੇ ਬੱਚੇ ਆਉਣਗੇ ਚੰਗੇ ਰਿਜ਼ਲਟ ਮੰਨਣਗੇ ਚੰਗੇ ਰਿਕਾਰਡ ਪਤਾ ਕਰਨਗੇ ਕਿਉਂਕਿ ਘੱਟ ਦੁੱਧ ਨਾਲ ਬਾਈ ਪਟੂ ਘੱਟ ਦੁੱਧ ਵਾਲਾ ਪਸ਼ੂ ਤਾਂ ਕੋਈ ਬਾਰਾ ਨਹੀਂ ਖਾਂਦਾ ਅੱਜ ਕੱਲ੍ਹ ਤਾਂ ਨਹੀਂ ਜਿਹੜੇ ਡੈਰੀ ਫਾਰਮ ਫੇਲ ਹੁੰਦੇ ਉਹ ਜ਼ਿਆਦਾਤਰ ਮਾੜੀ ਮੈਨੇਜਮੈਂਟ ਮਾੜੀ ਖੁਰਾਕ ਤੇ ਘੱਟ ਦੁੱਧ ਵਾਲੇ ਹੀ ਫੇਲ ਹੁੰਦੇ ਘੱਟ ਦੁੱਧ ਵਾਲੇ ਫੇਲ ਹੁੰਦੇ 15 ਘੱਟ ਤੋਂ ਘੱਟ 15 ਤੋਂ ਪਲੱਸ ਵਾਲਾ ਪਸ਼ੂ ਹੋਵੇ ਹੀ ਡੈਰੀ ਫਾਰਮ ਮਿਹਨਤ ਕਰੇ ਫੇਲ ਨਹੀਂ ਹੁੰਦਾ ਜੀ ਇਹ ਜੋ ਤੁਹਾਡੀ ਗੱਲ ਨਾਲ ਪੂਰੇ ਸਹਿਮਤ ਹਾਂ ਕਿ 15 ਕਿਲੋ ਤੋਂ ਘੱਟ ਜਦੋਂ ਪਸ਼ੂ ਦੁੱਧ ਦਿੰਦਾ ਤਾਂ ਆਪਦੇ ਖਰਚੇ ਵੀ ਨਹੀਂ ਪੂਰੇ ਕਰਦਾ ਹਾਂਜੀ ਜੇ ਤੁਸੀਂ ਇੱਕ ਮੱਝ 15 ਕਿਲੋ ਵਾਲੀ ਮੰਨ ਲਓ ਲੱਖ ਜਾਂ 1.5 ਲੱਖ ਨੂੰ ਲਓਗੇ ਤੁਸੀਂ 5 ਸੂਏ ਵੱਧ ਚੋਵੋਗੇ ਹਾਂਜੀ ਜੇ ਉਹ 50 ਸੂਏ 'ਚ ਦੋ ਹੀ ਕੱਟੀਆਂ ਦੇਊ ਤਾਂ ਉਹ ਕੱਟੀਆਂ ਵੀ ਲੱਖ 1.5 ਲੱਖ ਵਾਲੀਆਂ ਦੇਊਗੀ ਰਮਾਨ ਨਾਲ ਵੱਧ ਨਹੀਂ ਹੋਣਗੇ ਜੀ 50 60 65000 ਰੁਪਏ ਵਾਲੀ ਲਓਗੇ ਹਾਂਜੀ ਉਹ ਮੱਝ ਜਿਹੜੀ ਉਹ ਕੱਟੀਆਂ ਵੀ ਉਹੋ ਜਿਹੀਆਂ ਹੀ ਦੇਊਗੀ ਮੁੜ ਕੇ ਕੱਟੀਆਂ ਵੀ ਉਹੀ ਦੇਊ ਉਹਨਾਂ ਸਾਮਣ ਦਾ ਫਾਇਦਾ ਨਹੀਂ ਹੈ ਸਾਮਣ ਦਾ ਖਰਾਕ ਦਾ ਦੁੱਧ ਦਾ ਖਰਚਾ ਤਾਂ ਤੁਹਾਡਾ ਉਨਾ ਹੀ ਆ ਜਾਣਾ ਜੀ ਬਾਕੀ ਕਿਸਾਨਾਂ ਨੂੰ ਇਹ ਵੀ ਦੱਸਣਾ ਚਾਹਾਂਗੇ ਵੀ ਜਿਹੜੀ ਆਪਾਂ ਕੱਟੀ ਕਹਿ ਦਿੰਦੇ ਹਾਂ ਵੀ ਪਹਿਲਾਂ ਲੱਖ 1.25 ਲੱਖ ਦੀ ਪਰ ਲੱਖ 1.25 ਲੱਖ 'ਚ ਕੱਟੀ ਤਿਆਰ ਕਰਕੇ ਖੁਦ ਨੂੰ ਮਾਲਕ ਨੂੰ ਪੈਂਦੀ ਏ ਪਰ ਸਮਾਂ ਇਹੋ ਜਿਹਾ ਹੈ ਵੀ ਜੇ ਆਪਾਂ ਚੰਗੇ ਪਸ਼ੂ ਨਾ ਰੱਖਾਂਗੇ ਚੰਗੇ ਜਾਨਵਰ ਪੈਦਾ ਨਾ ਕਰਾਂਗੇ ਤਾਂ ਗਾਂ ਦੁੱਧ ਕਿੱਥੋਂ ਲਾਵਾਂਗੇ ਬਰੀਡ ਕਿੱਥੋਂ ਪੈਦਾ ਕਰਾਂਗੇ ਸੋ ਅੱਗੇ ਹੋਰ ਦੇਖ ਸਕਦੇ ਹਾਂ ਬਹੁਤ ਹੀ ਵਧੀਆ ਮੱਝ ਹੈ ਆਰਡਰ ਦੇਖ ਸਕਦੇ ਹੋ ਔਰ ਇਹ ਕਿੰਨੇ ਸੂਏ ਆ ਜੀ ਇਹ ਮੱਝ ਚੌਥੇ ਸੂਏ ਆ ਜੀ ਠੀਕ ਹੈ ਜੀ ਰੋਸ਼ੀ ਮੱਝ ਆ ਰੋਸ਼ੀ ਮੱਝ ਹੈ ਹਾਂਜੀ ਇਹ ਘਰ ਦੀ ਮੱਝ ਆ ਜੀ ਮੇਰੀ ਇਹ ਵੀ ਮੇਰੇ ਆਪ ਦਾ ਮਾਲੋ ਪਿਓ ਦਾਦੀ ਵਾਲੀ ਨਸਲ ਚੋਂ ਆਈ ਠੀਕ ਹੈ ਕਿੰਨਾ ਦੁੱਧ ਦਿੱਤਾ ਜੀ ਇਹਨੇ ਦੁੱਧ ਇਹਨੇ ਮਤਲਬ 19-20 ਕਿਲੋ ਤੋਲਮਾ ਕੰਡੇ ਦੇ ਤੋਲਮਾ ਦੁੱਧ ਦੇ ਦਿੰਦੀ ਹੈ ਬਹੁਤ ਵਧੀਆ ਦੁੱਧ ਕੱਢਿਆ ਜੀ ਔਰ ਕਿੰਨਾ ਚਿਰ ਹੋ ਗਿਆ ਸੂਈ ਨੂੰ ਹੁਣ ਇਹਨੂੰ ਸੂਈ ਨੂੰ ਹੁਣ ਤਕਰੀਬਨ 4-5 ਮਹੀਨੇ ਹੋ ਗਏ ਜੀ ਹੁਣ ਵੀ ਇਹਦੇ ਥੱਲੇ ਦੁੱਧ 15 ਕਿਲੋ ਕੰਡੇ ਦੇ ਤੋਲਮਾ ਦੁੱਧ ਹੈ ਜੀ
सही गल अपने रोशी कह देंगे हरियाणे च इन्हू चामरी कह देंगे पर असी जो भी गल नोट की जड़िया इस कलर च मझा ने वह दुध वालों बहुत घट खोटिया निकलदिया ने बहुत चंगा दुध दिदिया ने और जिन्या भी असी रोशियां हरियाणे च भी साड़ी आम फार्म गल होनी चाहती है और उन्होंने कहना भी साढ़े जे चामरे पशु ने जिन्हें भी चामरे पशु देखे भी चंगा दुध दिता गां चंगे रिकॉर्ड पैदा किए उन्हें हाँ जी चामरी भाजी मच बहुत घट खोटे निकलती है निकलती है सही गल जी सो अगे दस दो भाजी ਕੱਲੀ ਸੇਲ ਵਾਲੀ ਹੈ ਕਿੰਨੇ ਚਿਰ ਦੀ ਗੱਬਣ ਆਈ ਹੈ ਕਿਹੜਾ ਸਿਮ ਲੱਗਾ ਇਹਦੇ ਚੰਗਾ ਆਰਡਰ ਲੱਗਾ ਮੱਝ ਦੇ ਕਿੰਨੇ ਦੁੱਧ ਵਾਲੀ ਹੈ ਜੀ ਇਹ ਮੱਝ ਨੇ 20 ਕਿਲੋ 800 ਗ੍ਰਾਮ ਡੇਰੀ ਵਿਭਾਗ ਨੂੰ ਵੀ ਇਹੋ ਜਿਹਾ ਕੰਮ ਨਾ ਕਰਿਆ ਕਰੋ ਮਹਿਕਮੇ ਨੂੰ ਕਿਉਂਕਿ ਕਿਸਾਨ ਇੰਨੀ ਮਿਹਨਤ ਕਰਦਾ ਹੈ ਜੇ ਉਹ ਪਸ਼ੂ ਤਿਆਰ ਕਰ ਰਿਹਾ ਤਾਂ ਉਹਦਾ ਪ੍ਰੋਪਰ ਸਾਥ ਦੇਵੋ ਸੋ ਹੁਣ ਵੀ ਰਿਕੁਐਸਟ ਹੈ ਵੀ ਇਹਨਾਂ ਨੂੰ ਜੋ ਰਿਕਾਰਡ ਬਣਦਾ ਇਹਨਾਂ ਦਾ ਦਿੱਤਾ ਜਾਵੇ ਤਾਂ ਜੋ ਅੱਗੇ ਆਉਣ ਵਾਲੇ ਸਮੇਂ 'ਚ ਇਹਨਾਂ ਦੀ ਵਰਤੋਂ ਕਰਕੇ ਜੋ ਵੀ ਕੱਟੇ ਆ ਜਾਂ ਇਹਦੇ ਕੱਟੀਆਂ ਨੇ ਉਹ ਸੇਲ ਕਰ ਸਕਣ ਚਾਰਾਂ ਮਹੀਨਿਆਂ ਰਿਕਾਰਡ ਹੋ ਕਿਸੇ ਦਾ ਰਿਕਾਰਡ ਨਹੀਂ ਮਿਲਿਆ ਡੇਰੀ ਵਿਭਾਗ ਹੈ ਸਰਕਾਰ ਇਸ ਚੀਜ਼ 'ਤੇ ਬਹੁਤਾ ਕੰਮ ਨਹੀਂ ਕਰਦੀ ਕਿਸਾਨ ਨੇ ਪਸ਼ੂ ਤਿਆਰ ਕਰਕੇ ਚੁਆਈ ਕਰਾ ਲਈ ਹੈ ਜੀ ਹਾਂਜੀ ਚੁਆਈ ਕਰਾ ਕੇ ਚਲੋ ਜੇ ਇਨਾਮ ਜਿਹੜਾ ਬਣਦਾ ਇਨਾਮ ਆ ਕੁਛ ਨਾ ਕੁਛ ਦੇਣਾ ਚਾਹੀਦਾ ਕਿਸਾਨ ਨੂੰ ਫਿਰ ਉਹਨਾਂ ਨੂੰ ਸਰਟੀਫਿਕੇਟ ਵਗੈਰਾ ਮਿਹਨਤ ਤਾਂ ਉਹਦਾ ਹੌਸਲਾ ਵੱਧਦਾ ਜੀ ਚਲੋ ਮਤਲਬ ਕੋਈ ਦਿੰਦਾ ਕੁਛ ਨਹੀਂ ਫਿਰ ਉਹ ਟੱਕਰਾਂ ਮਾਰ ਕੇ ਪਸ਼ੂ ਸੈੱਟ ਕੀਤਾ ਹੁੰਦਾ ਫਿਰ ਉਹ ਦੂਸਰੀ ਵਾਰ ਤੋਂ ਅਗਲਾ ਕਹਿਣ ਦਾ ਵੀ ਨਹੀਂ ਯਾਰ ਕੋਈ ਫਾਇਦਾ ਤਾਂ ਹੈ ਨਹੀਂ ਨਵੇਂ ਬੰਦੇ ਜਿਹੜੇ ਫੀਲਡ ਦੇ ਵਿੱਚ ਇਹ ਕੰਮ ਨਹੀਂ ਕਰਦੇ ਜਿਸ ਤਰ੍ਹਾਂ ਹਰਿਆਣੇ ਦੇ ਵਿੱਚ 20+ ਵਾਲੀਆਂ ਦੇ ਬੱਚੇ ਮਤਲਬ ਸਰਕਾਰ ਲੈਂਦੀ ਆ ਜਾਂ ਸੀਮਨ ਬੈਂਕ ਵਾਲੇ ਲੈਂਦੇ ਆ ਸਾਡੇ ਵੀ ਉਸ ਤਰ੍ਹਾਂ ਚਾਹੀਦੀ ਆ ਕਿਉਂਕਿ ਪਹਿਲਾਂ ਸਾਡੇ ਮਤਲਬ ਜਿੰਨੇ ਵੀ ਬੱਚੇ ਸੀਮਨ ਬੈਂਕ ਵਾਲੇ ਵਿੱਚ ਗਏ ਪ੍ਰੋਪਰ ਰਿਕਾਰਡ ਵਾਲੇ ਨਹੀਂ ਗਏ ਇਸ ਕਰਕੇ ਉਹਨਾਂ ਦਾ ਰਿਜ਼ਲਟ ਨਹੀਂ ਵਧੀਆ ਆ ਰਿਹਾ ਸਾਡੇ ਪੰਜਾਬ ਦੇ ਵਿੱਚੋਂ ਲੋਕ ਪਾਸੇ ਦਾ ਸੀਮਨ ਲੈ ਕੇ ਲਾਉਂਦੇ ਆ ਇਸੇ ਕਰਕੇ ਕਿਉਂਕਿ ਰਿਕਾਰਡ ਸਾਡੇ ਵਧੀਆ ਨਹੀਂ ਆ ਰਿਹਾ ਜੀ ਰਿਕਾਰਡ ਵਧੀਆ ਜੀ ਮਹਿਕਮੇ ਨੂੰ ਬੇਨਤੀ ਹੈ ਵੀ ਪ੍ਰੋਪਰ ਧਿਆਨ ਦਿਓ ਇਸ ਕੰਮ ਵੱਲ ਕਿਉਂ ਜੋ ਚਿੱਟੀ ਕ੍ਰਾਂਤੀ ਲਿਆਉਣ ਵਿੱਚ ਇਹਨਾਂ ਕਿਸਾਨਾਂ ਦਾ ਬਹੁਤ ਵੱਡਾ ਹੱਥ ਹੈ ਸੋ ਅੱਜ ਜੇ ਆਪਾਂ ਇਸ ਵੱਲ ਧਿਆਨ ਨਾ ਦਿੱਤਾ ਤਾਂ ਇਹਨਾਂ ਨੁਕਸਾਨ ਹੋਰ ਜ਼ਿਆਦਾ ਹੋਊਗਾ ਕਿਉਂਕਿ ਇਹ ਧੰਦਾ ਦਿਨੋਂ ਦਿਨ ਨਿਕਲਦਾ ਜਾ ਰਿਹਾ ਲੋਕਾਂ ਦਾ ਧਿਆਨ ਇੰਟਰਸਟ ਇਸ ਚੀਜ਼ ਵੱਲ ਨਹੀਂ ਵੱਧ ਰਿਹਾ ਹੁਣ ਸੋ ਉਮੀਦ ਹੈ ਵੀ ਮੇਰੀ ਮਹਿਕਮੇ ਨੂੰ ਵੀ ਉਮੀਦ ਹੈ ਵੀ ਇਸ ਚੀਜ਼ ਵੱਲ ਧਿਆਨ ਦਿੱਤਾ ਹੋਵੇ ਪ੍ਰੋਪਰ ਰਿਕਾਰਡਿੰਗਾਂ ਵੱਲ ਸੋ ਨਾਲ ਹੀ ਇੱਕ ਹੋਰ ਮੱਝ ਰਹਿ ਗਈ ਜੀ ਦੁੱਧ ਬਾਰੇ ਦੱਸ ਦਿਓ ਜੀ ਇਹ ਮੱਝ ਦਾ ਬੋਡੀ ਸਟਰਕਚਰ ਤਾਂ ਤੁਸੀਂ ਦੇਖ ਸਕਦੇ ਪਰ ਦੁੱਧ ਵੱਲੋਂ ਬਾਈ ਦੱਸ ਦਿਓ ਬੇਕਮਾਲ ਹੈ ਤਾਂ ਯਕੀਨ ਕਰਨ ਦਾ ਬਾਈ ਤੁਸੀਂ ਕਿਹੜਾ ਵਪਾਰ ਦਾ ਕਰਦੀ ਮੱਝ ਵੇਚਣ ਵਾਸਤੇ ਨਹੀਂ ਗਈ ਪਿਛਲੇ ਸੂਹੇ ਲਈ ਸੀ ਓਕੇ ਜੀ ਹਾਂਜੀ ਲਈ ਸੀ ਸਾਨੂੰ ਪੈਸੇ ਚਲੋ ਨਫੇ ਦੇ ਮਿਲਦੇ ਵੀ ਸੀਗੇ ਪਰ ਇਸ ਤਰ੍ਹਾਂ ਦੇ ਦੁੱਧ ਵਾਲੀਆਂ ਮਈਆਂ ਜਿਹੜੀਆਂ ਬਹੁਤ ਘੱਟ ਮਿਲਦੀਆਂ ਜੀ ਠੀਕ ਹੈ ਜੀ ਦੁੱਧ ਵਾਲੀਆਂ 22 ਕਿਲੋ ਕਹਿ ਦਾ ਹੁੰਦਾ ਹਰੇ ਲਾਈਵ ਚੁਆਈ ਜ਼ਰੂਰ ਕਰਾਵਾਂਗੇ ਪੂਰਾ ਤੁਹਾਡਾ ਸਾਥ ਦੇਵਾਂਗੇ ਕਿਉਂਕਿ ਸਾਨੂੰ ਵੀ ਖੁਸ਼ੀ ਹੁੰਦੀ ਹੈ ਤੁਹਾਡੇ ਵਰਗੇ ਫਾਰਮਰ ਅੱਗੇ ਆਉਂਦੇ ਨੇ ਤੁਹਾਨੂੰ ਵੇਖ ਕੇ ਹੋਰ ਫਾਰਮਰ ਅੱਗੇ ਆਉਣਗੇ ਸੋ ਇਹ ਚੈਨ ਚੱਲੇਗੀ ਕਿਉਂਕਿ ਲੋਕਾਂ ਦਾ ਦਿਨੋਂ ਦਿਨ ਇਸ ਧੰਦੇ ਨੂੰ ਮੂੰਹ ਘੱਟਦਾ ਜਾ ਰਿਹਾ ਸੋ ਕੋਸ਼ਿਸ਼ ਰਹੇਗੀ ਵੀ ਅੱਗੇ ਹੋਰ ਵੀ ਇਹੋ ਜਿਹੀਆਂ ਡੇਅਰੀ ਫਾਰਮ ਤੁਹਾਨੂੰ ਦਿਖਾਉਂਦੇ ਰਹੀਏ ਸੋ ਬਾਈ ਕੋਲ ਗਾਂ ਪ੍ਰੋਪਰ ਗਾਂ ਕੱਟੀਆਂ ਦੇਖ ਸਕਦੇ ਨਵੀਂ ਪਨੀਰੀ ਦੇਖ ਸਕਦੇ ਜੇ ਸੋ ਪ੍ਰੋਪਰ ਰਿਕਾਰਡ ਰੱਖੇ ਹੋਏ ਨੇ ਬਾਈ ਸਾਹਿਬ ਇਹਨਾਂ ਦੇ ਨਾਲ ਸੋਲਾਂ ਕਿਲੋ ਦੁੱਧ ਠੀਕ ਹੈ ਜੀ ਪੀਸੀ 483 ਮੱਝ ਜਿਹੜੀ ਉਹਦੀ ਕੱਟੀ ਹੈ ਜੀ B1 330 ਦੀ ਕੱਟੀ ਹੈ ਠੀਕ ਹੈ ਜੀ ਠੀਕ ਹੈ ਜੀ
ठीक है जी, ठीक है, ठीक है, ठीक अच्छा इन्होंने व्डे पशुआ छड़ता बड़िया कट्टिया छड़ता ओके ओके चलो कोई चक्कर नहीं गां राजी हो जाने एक गर्मी भी है गर्मी करके छोटा छोटा एनिमल गर्मी भी ज्यादा मना सो देख सकते हो ਇਹ ਜੋ ਆਪਦੀ ਨਵੀਂ ਪਨੀਰੀ ਗਾਂ ਤਿਆਰ ਹੋ ਰਹੀ ਹੈ ਉਹ ਹੈ ਜੀ ਇਹ ਕੱਟੀ ਮਗਰ ਆਈ ਹੈ ਜੀ ਮਾਲਕ ਦੇ ਨਾਲ ਕਾਰਡ ਨਹੀਂ ਹੈ ਸਾਡੇ ਕੋਲੇ ਓਕੇ ਜੀ ਇਹ ਕੱਟੀ 22 ਕਿਲੋ ਵਾਲੀ ਦੁੱਧ ਉਹਦੀ ਆ ਪੀਸ਼ਮਾ ਸਾਹਿਬ ਦਾ ਬੱਚਾ ਜੀ ਸੋ ਇਹ ਪੀਸ਼ਮਾ ਦੀ ਤੁਸੀਂ ਏਬੀਸੀ ਵਿਰਾਮਲ ਦੀ ਪ੍ਰੋਜ ਨਹੀਂ ਦੇ ਸਕਦੇ ਜੀ ਪੂਰੀ ਜੈਡ ਬਲੈਕ ਹੈ ਜੀ ਔਰ ਪੂਛ ਤੱਕ ਵੀ ਥੋੜੇ ਜਿਹਾ ਵਾਲ ਆਪਾਂ ਕਹਿ ਸਕਦੇ ਹਾਂ ਚਿੱਟੇ ਆ ਪੀਸ਼ਮਾ ਦੀ ਏਬੀਸੀ ਵਿਰਾਮਲ ਦੀ ਠੀਕ ਹੈ ਜੀ ਇਹ ਸੈਗ ਦੀ 40-09 ਦੀ 40-09 ਸੈਗ ਤਾਂ ਬਹੁਤ ਵਧੀਆ ਬੋਲੇ ਜੀ ਠੀਕ ਹੈ ਜੀ ਔਰ ਬਾਈ ਜੀ ਕੋਸ਼ਿਸ਼ ਕਰਾਂਗੇ ਬਾਈ ਜੀ ਤੋਂ ਬਾਈ ਜੀ ਆਪਦੇ ਦਾਣੇ ਬਾਰੇ ਜੋ ਅਸੀਂ ਤੁਹਾਡਾ ਜਗਾੜ ਦੇਖਿਆ ਉਹਦੇ ਬਾਰੇ ਸਾਨੂੰ ਕੁਝ ਆਨਾ ਪਾ ਦਿਓ ਆ ਜਾਓ ਜੀ ਸੋ ਪ੍ਰੋਪਰ ਫੌਗਰ ਸਿਸਟਮ ਲੱਗਾ ਹੋਇਆ ਤੁਸੀਂ ਦੇਖ ਸਕਦੇ ਜੇ ਔਰ ਇੱਕ ਬਾਈ ਦਾ ਜਗਾੜ ਦੇਖਿਆ ਜੋ ਅਸੀਂ ਤੁਹਾਨੂੰ ਸਾਰਿਆਂ ਦਿਖਾਉਣਾ ਚਾਹਾਂਗੇ ਫੀਡ ਦਾ ਜਗਾੜ ਹੈ ਜੀ ਸੋ ਬਾਈ ਦੱਸਿਆ ਪ੍ਰੋਪਰ ਇਹਦੇ ਬਾਰੇ ਖੋਲ੍ਹ ਕੇ ਦੱਸਿਆ ਇਹਨੂੰ असर कट गो सो देख सकते हो प्रोपर बाई दे गाट दे सकते हो ਬਹੁਤ ਹੀ ਵਧੀਆ ਤਰੀਕੇ ਨਾਲ ਮੇਨਟੇਨ ਕੀਤਾ ਬਹੁਤ ਵਧੀਆ ਤਰੀਕੇ ਨਾਲ ਬਣਾਇਆ ਹੋਇਆ ਉਹਨੂੰ ਇਹਦੇ ਵਿੱਚ ਅਸੀਂ ਫੀਡ ਬਣਾ ਕੇ ਪਾਉਨੇ ਆ ਆਪਦੀ ਓਕੇ ਜੀ ਛੋਲਿਆਂ ਦੀ ਚੂਰੀ ਬਹੁਤ ਵਧੀਆ ਓਕੇ ਜੀ ਤੇ ਵਡੇਵਿਆਂ ਦੀ ਖਾਲ ਸਾਨੂੰ ਚਾਹ 200 ਕਿਲੋਮੀਟਰ ਪਾਸੇ ਜਾਣਾ ਪਵੇ ਪਰ ਖਾਲ ਅਸੀਂ ਬਹੁਤ ਵਧੀਆ ਲੈ ਕੇ ਪਾਉਨੇ ਆ ਚੂਰੀ ਵੀ ਪਾਸੋਂ ਲੈ ਕੇ ਪਾਉਨੇ ਬਹੁਤ ਵਧੀਆ ਪੂਰੀ ਵਧੀਆ ਕੁਆਲਿਟੀ ਦੀ ਹੋਵੇ ਸਾਨੂੰ ਇਹ ਨਹੀਂ ਵੀ 2 ਰੁਪਏ 4 ਰੁਪਏ ਸਾਨੂੰ ਸਸਤੀ ਮਿਲ ਜੇ ਸਾਡਾ ਪਹਿਲਾ ਫੰਡਾ ਇਹ ਹੁੰਦਾ ਵੀ ਸਾਨੂੰ ਦਾਣਾ ਜਿਹੜਾ ਬਹੁਤ ਵਧੀਆ ਕੁਆਲਿਟੀ ਦਾ ਮਿਲੇ ਸੋ ਦਾਣੇ ਬਾਰੇ ਦੱਸ ਦਿਓ ਦਾਣਾ ਕਿਹੜਾ ਕਿਹੜਾ ਪਾ ਰਹੇ ਜੀ ਤੁਸੀਂ ਇਸ ਵਕਤ ਦਾਣਾ ਅਸੀਂ ਮਤਲਬ ਫੀਡ ਬਣਾ ਕੇ ਪਾਉਂਦੇ ਆ ਜੀ ਅੱਛਾ ਜੀ ਤੇ ਛੋਲਿਆਂ ਦੀ ਚੂਰੀ ਫੀਡ ਫੀਡ ਦੇ ਵਿੱਚ ਕੀ ਪ੍ਰੋਪਰ ਕਿ ਪ੍ਰੋਪਰ ਚਾਰਟ ਹੈ ਉਹ ਜਾਂ ਉਹ ਚਾਰਟ ਹੁੰਦਾ ਹੀ ਉਹ ਚਾਰਟ ਦੇ ਹਿਸਾਬ ਨਾਲ ਠੀਕ ਹੈ ਠੀਕ ਹੈ ਠੀਕ ਹੈ ਜੀ ਔਰ ਐਕਸਟਰਾ ਨਾਲ ਐਕਸਟਰਾ ਦੇ ਵਿੱਚ ਮਤਲਬ ਜਿਵੇਂ ਬੜੇਵਿਆਂ ਦੀ ਖਾਲ ਤੇ ਛੋਲਿਆਂ ਦੀ ਚੂਰੀ ਛੋਲਿਆਂ ਦੀ ਚੂਰੀ ਪਾਉਣੇ ਆ ਸੋ ਬਾਈ ਦਾ ਬਹੁਤ ਵਧੀਆ ਜਗਾੜ ਲੱਗਾ ਸਾਨੂੰ ਦੇਖ ਸਕਦੇ ਹੋ ਕਿਸੇ ਵੀਰ ਨੇ ਬਣਵਾਉਣਾ ਹੋਈ ਮੈਂ ਪ੍ਰੋਪਰ ਇਹਦੀ ਵੀਡੀਓ ਤੁਹਾਨੂੰ ਕਵਰ ਕਰ ਦਿੰਦਾ ਸੋ ਬਣਵਾ ਸਕਦੇ ਇਹਦੇ 'ਚ ਇੱਕ ਤਾਂ ਸਾਫ ਸਫਾਈ ਦਾਣਾ ਵਧੀਆ ਰਹੂਗਾ ਬੰਦ ਰਹਿੰਦਾ ਟਕਣ ਦੀ ਸਿਸਟਮ ਹੈ ਔਰ ਬਾਈ ਜੀ ਕਹਿ ਰਿਹਾ ਵੀ ਹੁਣ ਇਸ ਤੋਂ ਵੱਡਾ ਬਣਵਾਇਆ ਸੋ ਬਹੁਤ ਹੀ ਵਧੀਆ ਬਹੁਤ ਹੀ ਖੁਸ਼ੀ ਹੋਈ ਬਾਈ ਨੂੰ ਮਿਲ ਕੇ ਸੋ ਆਉਣ ਵਾਲੇ ਸਮੇਂ ਵਿੱਚ ਹੋਰ ਵੀ ਇਹਨਾਂ ਨੇ ਵੀਡੀਓ ਜੋ ਬੱਚੇ ਇਹਨਾਂ ਦੇ ਗਾਗੇ ਹੋਣਗੇ ਜਾਂ ਮਿਲਕਿੰਗ ਵਿੱਚ ਉਹ ਵੀ ਤੁਹਾਨੂੰ ਲਾਈਵ ਕਰਾਵਾਂਗੇ ਸੋ ਬਾਈ ਜੀ ਨਵੀਂ ਜਨਰੇਸ਼ਨ ਹੈ ਜੋ ਨਵੀਂ ਪੀੜ੍ਹੀ ਹੈ ਉਹਨਾਂ ਨੂੰ ਕੋਈ ਤੁਹਾਡਾ ਕੀ ਸਲਾਹ ਮਸ਼ਵਰਾ ਜੀ ਮੈਂ ਵੀਰਾਂ ਨੂੰ ਇਹੀ ਸਲਾਹ ਦਿੰਦਾ ਵੀ ਮਿਹਨਤ ਕਰੋ ਹਾਂਜੀ ਵਿਦੇਸ਼ਾਂ ਦੇ ਵਿੱਚ ਬੱਚੇ ਜਾਂਦੇ ਆ ਉੱਥੇ ਵੀ ਤਾਂ ਮਿਹਨਤ ਕਰਦੇ ਆ ਜਿੱਥੇ ਤੁਸੀਂ ਮਿਹਨਤ ਕਰੋ ਪਰ ਮਤਲਬ ਪਸ਼ੂਆਂ ਦੀ ਜਿਹੜੀ ਸਾਂਭ ਸੁਭਾਈ ਵਧੀਆ ਹੋਵੇ ਪਸ਼ੂ ਜਦੋਂ ਵੀ ਲੈਣਾ 15 ਪਲੱਸ ਵਾਲਾ ਪਸ਼ੂ ਲਓ ਮੱਝ ਜੇ ਗਾਂ ਲੈਣੀ ਤਾਂ 25 ਪਲੱਸ ਵਾਲੀ ਲਓ ਜੇ ਤੁਸੀਂ 10 ਕਿਲੋ ਵਾਲੀ ਮੱਝ ਲਓਗੇ ਤਾਂ ਆਪਦਾ ਆਪ ਹੀ ਤੋਰਦੀ ਆ ਬਚਤ ਨਹੀਂ ਹੁੰਦੀ ਉਹਦੇ ਵਿੱਚ ਕੋਈ ਸਹੀ ਗੱਲ ਹੈ ਬਾਕੀ ਕੋਸ਼ਿਸ਼ ਕਰੇ ਜੇ ਨਵੇਂ ਕਿਸੇ ਬੱਚੇ ਨੇ ਮਤਲਬ ਇਹ ਕੰਮ ਚਲਾਉਣਾ ਉਹ ਕੋਸ਼ਿਸ਼ ਕਰੋ ਵੀ ਜ਼ਿਆਦਾ ਸ਼ਹਿਰ ਦੇ ਵਿੱਚ ਰਿਟੇਲ ਦੇ ਵਿੱਚ ਦੁੱਧ ਪਾਵੇ ਜਾਂ ਫਿਰ ਦੁੱਧ ਦੇ ਪ੍ਰੋਡਕਟ ਦਹੀਂ ਲੱਸੀ ਪਨੀਰ ਖੋਆ ਬਣਾ ਕੇ ਵੇਚੇ ਠੀਕ ਹੈ ਜੀ ਮੈਂ ਪੱਕਾ ਇਹ ਚੀਜ਼ ਵਾਅਦੇ ਨਾਲ ਕਹਿੰਦਾ ਵੀ ਉਹ ਬੰਦਾ ਫੇਲ ਨਹੀਂ ਹੁੰਦਾ ਜੇ ਮਨ ਲਾ ਕੇ ਕੰਮ ਕਰੇ ਕੰਮ ਸਮਝ ਕੇ ਕਰੋ ਬਹੁਤ ਹੀ ਖੁਸ਼ੀ ਹੋਈ ਬਾਈ ਨਾਲ ਮਿਲ ਕੇ ਇਹਨਾਂ ਦਾ ਸਿਸਟਮ ਦੇਖ ਕੇ ਔਰ ਸਾਫ਼ ਸਫਾਈ ਦੇਖ ਕੇ ਸੋ ਬਹੁਤ ਬਹੁਤ ਧੰਨਵਾਦ ਬਾਈ ਜੀ ਤੁਹਾਡਾ ਤੁਸੀਂ ਸਾਨੂੰ ਮੌਕਾ ਦਿੱਤਾ ਇੱਕ ਬਾਹਰ ਬੱਚੇ ਸਾਡੀ ਨਵੀਂ ਜਨਰੇਸ਼ਨ ਪਸ਼ੂਆਂ ਦੀ ਆ ਜਿਹੜੀ ਹਾਂ ਆ ਜੋ ਉਹ ਵੀ ਆਪਾਂ ਦਿਖਾ ਦਿੰਦੇ ਹਾਂ ਜੀ ਚਲੋ ਸੋ ਤੁਸੀਂ ਜਗਾੜ ਦੇ ਸਕਦੇ ਹੋ ਬਾਈ ਦਾ ਨਾਲ ਇਹ ਬਾਹਰ ਜਗਾੜ ਬਣਾਇਆ ਔਰ ਜਿਹੜੀ ਚੀਜ਼ ਮੈਂ ਦੇਖੀ ਸਾਫ਼ ਸਫਾਈ ਦਾ ਬਹੁਤ ਜ਼ਿਆਦਾ ਧਿਆਨ ਇੱਥੇ ਪਸ਼ੂ ਰਾਤ ਨੂੰ ਹੁੰਦੇ ਆ ਔਰ ਅਜੇ ਮੱਛਰ ਘੱਟ ਹੈ ਬਾਈ ਜੀ ਕਹਿ ਰਿਹਾ ਵੀ ਆਹ ਸਿਸਟਮ ਬਣਿਆ ਹੋਇਆ ਫਿਰ ਪ੍ਰੋਪਰ ਜਾਲੀ ਲੱਗ ਜਾਂਦੀ ਹੈ ਔਰ ਦੋ ਵਾੜੇ ਆ ਬਾਈ ਦੇ ਦੂਜਾ ਵਾੜਾ ਵੀ ਤੁਹਾਨੂੰ ਦਿਖਾ ਦਿੰਦੇ ਹਾਂ ਜੀ ਸੋ ਸਾਰਿਆਂ ਵੀਰਾਂ ਨੂੰ ਇਹੀ ਕਹਿਣਾ ਹੈ ਵੀ ਚੰਗੇ ਪਸ਼ੂ ਰੱਖੋ ਚੰਗੇ ਦੁੱਧ ਵਾਲੀਆਂ ਰੱਖੋ ਤਾਂ ਜੋ ਆਪਾਂ ਚੰਗੀ ਬੀਡ ਪੈਦਾ ਕਰਕੇ ਇਹਨਾਂ ਦਾ ਮੁਨਾਫਾ ਕਮਾਈਏ ਇਹਨੂੰ ਘਾਟੇ ਦਾ ਸੌਦਾ ਨਾ ਬਣਾਈਏ ਆਪਣੀਆਂ ਕਮੀਆਂ ਨੇ ਆਪਾਂ ਐਨੀਮਲ 'ਚ ਕਮੀ ਨਾ ਕੱਢੀਏ ਆਪਣੀਆਂ ਕਮੀਆਂ ਕਰਕੇ ਨੁਕਸਾਨ ਹੋ ਰਿਹਾ ਜੋ ਵੀ ਹੋ ਰਿਹਾ
सो ये झूटियां अगे तैयार हो रही बाई को हाँ जी सो देख सकते हो बहुत ही पहला झूटियां सारिया हाँ जी ये दोंदियां कटियां सारिया कि उम्र इन्हों की तकरीबन ढाई तो तीन साल उम्र आई सारिया की ठीक है जी आ जी एक नंबर से झोटी खड़ी है रोशी मज जी अंदर खड़ी ओदी आ हाँ जी रुस्तमेहन का बच्चा जी रुस्तमेहन की ठीक है जी दो महीने ये सून दे रहिंदे सून च रहिंदे थोड़ा अगे हो जाओ भाई नाल दस दो गांव के ठीक है जी और तकरीबन ढाई साल की चंगी सांभ दे सकते हो बाई जी झोटी है जी हाँ जी 1470 की कट्टी आ ठीक है जी मेरे को माझी सी ओ सेल हो गई ओके जी ओ 20-22 किलो ते बहुत लंबा सीजन सी जी ओदा ठीक है जी बहुत वधिया ओने मतलब 4 सुए मैं चोई सी एक कट्टी दित्ती सी ओके जी कट्टी दी तमन्ना नु ओ मैं 4 सुए मैं रखी सी ठीक है जी चलो एक बच्चा कट्टी दे देदा चंगी गल चंगी गल आ जेड़ी झोटी आई हां जी एदी मां थल्ले सेल हो गई सी पहले थल्ले 16 किलो दूध सी गई ठीक है जी ते ए कट्टी हरियाणा गवर्नमेंट दे सीवन दी आ पर मेनू एदे बारे मतलब ओके ਇਹ 10-54 ਸੈਕ ਦੀ ਕੱਟੀ ਹੈ 10-54 ਠੀਕ ਹੈ ਇਹ ਵੱਛੀਆਂ ਜਿਹੜੀਆਂ ਹੈਗੀਆਂ ਸਾਰੀਆਂ ਇਹ 40-27 ਦੀਆਂ ਵੱਛੀਆਂ ਹੈ 40-27 ਦੀਆਂ ਹਾਂਜੀ ਸੋ ਦੇਖ ਸਕਦੇ ਹੋ ਬਾਈ ਜੀ ਨੇ ਬਹੁਤ ਹੀ ਵਧੀਆ ਬਰੀਡ ਅੱਗੇ ਤਿਆਰ ਕਰ ਰਹੇ ਨੇ ਔਰ ਤਕਰੀਬਨ ਜਿੰਨਾ ਵੀ ਸੀਮਨ ਲੱਗਾ ਇਹ ਸੀਮਨ ਡਾਕਟਰ ਮਨਵਿੰਦਰ ਗੱਗਾ ਜੀ ਨੇ ਅਸੀਂ ਉਹਨਾਂ ਦਾ ਵੀ ਨੰਬਰ ਦੇ ਦੇਵਾਂਗੇ ਸੋ ਚੰਗਾ ਸੀਮਨ ਯੂਜ਼ ਕਰਦੇ ਆ ਸਾਰਾ ਇਹ ਸੀਮਨ ਤਕਰੀਬਨ ਦਸ਼ਮੇਸ਼ ਡੇਰੀ ਤੋਂ ਪ੍ਰੋਵਾਈਡ ਹੋਇਆ ਉਹਨਾਂ ਨੂੰ ਸੋ ਉਮੀਦ ਹੈ ਵੀ ਚੰਗੇ ਰਿਜ਼ਲਟ ਆਉਣਗੇ ਅੱਗੇ ਚੰਗੀਆਂ ਬੱਚੇ ਆਉਣਗੇ ਸੋ ਬਾਈ ਜੀ ਹੁਣ ਜਿੰਨਾ ਵੀ ਸੀਮਨ ਲਾ ਰਹੇ ਨੇ ਉਹ ਏ ਬੀ ਸੀ ਵੀਰਾਂ ਵਾਲੀ ਦਾ ਲਗਾ ਰਹੇ ਨੇ ਸੋ ਇਹਨਾਂ ਨੂੰ ਅੱਜ ਇਨਫੋਰਮੇਸ਼ਨ ਜੋ ਮਿਲੀ ਸੀ ਹੁਣ ਗਾਂ ਤਕਰੀਬਨ ਕੋਸ਼ਿਸ਼ ਇਹ ਵੀ ਝੋਟੀਆਂ ਦੋਨੋਂ ਖਾਣ ਤੋਂ ਗੱਭਣਾ ਹੀ ਦੋਨੋਂ ਝੋਟੀਆਂ ਦੋਨੋਂ ਖਾਣ ਤੋਂ ਗੱਭਣਾ ਹੈ ਠੀਕ ਹੈ ਜੀ ਠੀਕ ਹੈ ਸੋ ਅੱਜ ਬਹੁਤ ਖੁਸ਼ੀ ਹੋਈ ਬਾਈ ਨੂੰ ਮਿਲ ਕੇ ਸੋ ਕੋਸ਼ਿਸ਼ ਰਹੇਗੀ ਇਹੋ ਜਿਹੇ ਹੋਰ ਵੀਰਾਂ ਨਾਲ ਤੁਹਾਨੂੰ ਅੱਗੇ ਮਿਲਵਾਉਂਦੇ ਰਹੀਏ ਸੋ ਜੋ ਵੀ ਵੀਰ ਚੰਗਾ ਕੰਮ ਕਰ ਰਹੇ ਨੇ ਸਾਨੂੰ ਇਹਨਾਂ ਕੰਟੈਕਟ ਕਰ ਸਕਦੇ ਨੇ ਅਸੀਂ ਉਹਨਾਂ ਦੀ ਵੀਡੀਓ ਪ੍ਰੋਪਰ ਬਣਾ ਕੇ ਅੱਗੇ ਫਾਰਮਰ ਤੱਕ ਨਵੀਂ ਪਨੀਰ ਤੱਕ ਲੈ ਕੇ ਜਾਵਾਂਗੇ ਤਾਂ ਜੋ ਉਹ ਮੋਟੀਵੇਟ ਹੋ ਕੇ ਇਸ ਕੰਮ ਨੂੰ ਅਪਣਾਉਣ ਇਸ ਕੰਮ ਨੂੰ ਛੱਡਣ ਨਾ ਇਹ ਆਪਣਾ ਪਿਤਾ ਪੁਰਖੀ ਕੰਮ ਹੈ ਸੋ ਇਸ ਕੰਮ 'ਚ ਖੁਸ਼ੀ ਵੀ ਮਿਲਦੀ ਹੈ ਵਪਾਰ ਵੀ ਹੈ ਧੰਦਾ ਵੀ ਹੈ ਸੋ ਪ੍ਰੋਪਰ ਰਹਿ ਕੇ ਆਪਾਂ ਪ੍ਰੋਪਰ ਕੰਮ ਕਰ ਸਕਦੇ ਹਾਂ ਸੋ ਬਹੁਤ ਬਹੁਤ ਧੰਨਵਾਦ ਜੋ ਵੀ ਵੀਰ ਵੀਡੀਓ ਨਾਲ ਜੁੜੇ ਨੇ ਔਰ ਕਿਰਪਾ ਕਰਕੇ ਵੀਡੀਓ ਨੂੰ ਸ਼ੇਅਰ ਐਂਡ ਸਬਸਕ੍ਰਾਈਬ ਜ਼ਰੂਰ ਕਰ ਦਿਓ ਜੀ ਧੰਨਵਾਦ ਜੀ ਸਾਰੇ ਵੀਰਾਂ ਦਾ